ਕੁਲਦੀਪ ਸਿੰਘ ਸਿੱਧੂ ਮੂਸੇਵਾਲਾ ਜੀ ਨੇ ਦਸਤਾਰ ਅਤੇ ਕੇਸਾਂ ਦੀ ਬਹੁਤ ਵੱਡੀ ਮਹਾਨਤਾ ਰੱਖੀ। ਉਸ ਦੇ ਸੰਬੰਧ ਦੇ ਵਿੱਚ ਜਿਹੜਾ ਭੋਗ ਪੈਣਾ ਹੈ ਕਾਕਾ ਜੀ ਦਾ, ਉਹਦੇ ਸੰਬੰਧ ਵਿੱਚ ਜਿਹੜਾ ਦਸਤਾਰਾਂ ਦਾ ਬਹੁਤ ਵੱਡਾ ਲੰਗਰ ਜਿਹੜਾ ਸਰਦਾਰੀਆਂ ਟਰੱਸਟ ਵੱਲੋਂ ਲਗਾਇਆ ਜਾਣਾ ਹੈ, ਉਹਦੇ ਸੰਬੰਧ 'ਚ ਸਾਡੇ ਸਤਿਕਾਰਯੋਗ ਵੀਰ ਜੀ ਜਾਣਕਾਰੀ ਸਾਰਿਆਂ ਨੂੰ ਦੇਣਗੇ। ਹਾਂਜੀ ਜਿਵੇਂ ਅਸੀਂ ਸਾਰੇ ਜਾਣਦੇ ਹਾਂ, ਉਹਨਾਂ ਨੇ ਆਪਣੇ ਗੀਤਾਂ ਅਤੇ ਆਪਣੀ ਗੀਤਕਾਰੀ ਦੇ ਰਾਹੀਂ ਪੰਜਾਬ ਦੀ ਸੱਭਿਆਚਾਰ ਵਿਰਾਸਤ ਇਤਿਹਾਸ ਇਤਿਹਾਸਿਕ ਪਰੰਪਰਾਵਾਂ 'ਤੇ ਬੜਾ ਵੱਡਾ ਪਹਿਰਾ ਦਿੱਤਾ। ਉਹਨਾਂ ਦੇ ਮਨ ਦੇ ਵਿੱਚ ਦਸਤਾਰ ਦੇ ਪ੍ਰਤੀ ਅੱਛਾ ਵੀ ਪਿਆਰ ਸੀਗਾ, ਉਹ ਕਹਿੰਦੇ ਵੀ ਸੀ ਦਸਤਾਰ ਨੂੰ ਬਿਲਕੁਲ ਰੱਖਣਾ ਅਤੇ ਬਿਲਕੁਲ ਰੱਖਣਾ। ਉਹਨਾਂ ਦੀ ਇਹ ਸੋਚ ਨੂੰ ਨੌਜਵਾਨੀ ਤੱਕ ਪਹੁੰਚਾਉਣ ਦੇ ਲਈ ਅਤੇ ਨੌਜਵਾਨੀ ਨੂੰ ਇਹ ਬੇਨਤੀ ਕਰਦੇ ਹਾਂ ਕਿ ਜੇ ਤੁਹਾਡੇ ਮਨ 'ਤੇ ਜੇ ਤੁਸੀਂ ਸੁਖਦੀਪ ਸਿੰਘ ਸਿੱਧੂ ਨੂੰ ਪਿਆਰ ਕਰਦੇ ਹੋ, ਉਹਨੂੰ ਪਸੰਦ ਕਰਦੇ ਹੋ, ਤਾਂ ਉਹਨਾਂ ਦੇ ਭੋਗ ਵਾਲੇ ਦਿਨ ਸਾਰੇ ਵੀ ਦਸਤਾਰਾਂ ਸਜਾ ਕੇ ਆਓ। ਇਹ ਉਹਨਾਂ ਨੂੰ ਤੁਹਾਡੀ ਸੱਚੀ ਸ਼ਰਧਾਂਜਲੀ ਹੋਵੇਗੀ। ਜਿਹੜੇ ਵੀ ਦਸਤਾਰ ਨਹੀਂ ਸਜਾ ਸਕਦੇ ਉਹਨਾਂ ਵਾਸਤੇ ਪਰਿਵਾਰ ਦੇ ਸਹਿਯੋਗ ਨਾਲ ਸਰਦਾਰੀਆ ਟਰੱਸਟ ਵੱਲੋਂ ਉੱਥੇ ਕੈਂਪ ਲਾਇਆ ਜਾਏਗਾ, ਦਸਤਾਰਾਂ ਦਾ ਲੰਗਰ ਲਾਇਆ ਜਾਏਗਾ, ਉਹਨਾਂ ਵੀਰਾਂ ਨੂੰ ਉੱਥੇ ਦਸਤਾਰ ਦੀ ਜਿਹੜੀ ਆਪਣਾ ਸਜਾ ਕੇ ਦਿੱਤੀ ਜਾਵੇਗੀ। ਸੋ ਸਾਰੇ ਵੀਰਾਂ ਨੂੰ ਬੇਨਤੀ ਹੈ, ਸਾਰੀ ਨੌਜਵਾਨੀ ਨੂੰ, ਕਿ ਤੁਹਾਡੇ ਮਨਾਂ ਦੇ ਵਿੱਚ ਜੇ ਵੀਰ ਦਾ ਪਿਆਰ ਤੁਹਾਨੂੰ ਸੱਚੀ ਸ਼ਰਧਾਂਜਲੀ ਦੇਣੀ ਚਾਹੁੰਦੇ ਹੋ ਤਾਂ ਭੋਗ ਵਾਲੇ ਦਿਨ ਸਿਰਾਂ 'ਤੇ ਦਸਤਾਰ ਸਜਾ ਕੇ ਆਓ। ਇਹੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੋਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।